ਕਿੰਨੀ ਕੁ ਇਮਾਨਦਾਰੀ ਨਾਲ ਕੀਤੀ ਹੈ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਅਸੀਂ ਚੰਗੀ ਤਰ੍ਹਾਂ ਇਹਨੇ ਘੋਖ ਨਹੀਂ ਕੀਤੀ ਹੈ, ਵਕੀਲ ਦੱਸ ਸਕਦੇ ਆ, ਪਰ ਚੰਗਾ ਕੰਮ ਹੈ, ਬਹੁਤ ਵਧੀਆ ਫੈਸਲਾ ਲਿਆ ਸਰਕਾਰ ਨੇ, ਇਹਨੂੰ ਚਲਾਉਣ, ਕੇਸ ਚਲਾਉਣ 'ਚ ਢਿੱਲ ਨਹੀਂ ਹੋਣੀ ਚਾਹੀਦੀ, ਗਵਾਹ ਪੇਸ਼ ਕਰਨ 'ਚ ਢਿੱਲ ਨਹੀਂ ਹੋਣੀ ਚਾਹੀਦੀ। ਬਾਦਲ ਦਲ ਨੇ ਛੱਡਿਆ ਕੁਛ ਨਹੀਂ, ਤੇ ਪ੍ਰਬੰਧਕ ਕਮੇਟੀ, ਅਕਾਲੀ ਦਲ, ਅਕਾਲ ਤਖਤ, ਇਹ ਸਾਡੀਆਂ ਤਿੰਨ ਸੰਸਥਾਵਾਂ ਸੀ, ਸਾਡੀ ਕੌਮ ਦੀ ਪ੍ਰੋਪਰਟੀ ਸੀ, ਸਾਡੀ ਕੌਮ ਦਾ ਸ਼ਾਨਾ ਮਤਾ ਇਤਿਹਾਸ ਸੀਗਾ, ਅਜੇ ਰੁਲੀਆਂ ਪਈਆਂ ਨੇ, ਇਹਨਾਂ 'ਚੋਂ ਕੋਈ ਮੈਸੇਜ ਨਹੀਂ ਨਿਕਲਦਾ, ਇਹਨਾਂ ਦਾ ਕਿਸੇ ਸਰਕਾਰ ਨੂੰ ਡਰ ਨਹੀਂ ਰਿਹਾ, ਬਲਕਿ ਉਹ ਤਾਂ ਸੰਗਲ ਪਾ ਕੇ ਆਪਣੇ ਕਬਜ਼ੇ 'ਚ ਰੱਖਿਆ, ਨਾ ਆਪ ਕੁਛ ਕਰਦਾ ਨਾ ਕਿਸੇ ਨੂੰ ਕਰ ਦਿੰਦਾ। ਜਿਹੜਾ ਹਰਿਆਣਾ ਕਮੇਟੀ 'ਤੇ ਕਬਜ਼ਾ ਹੋਇਆ ਜੀ, ਉਹਨਾਂ ਨੂੰ ਉਹ ਬਾਦਲ ਦੀਆਂ ਕਰਤੂਤਾਂ ਨੇ, ਜਦੋਂ ਪੰਜਾਬ ਦੇ ਵਿੱਚ ਕਮੇਟੀ ਚੱਲ ਰਹੀ ਆ, ਹਰਿਆਣਾ ਦੇ ਸਿੱਖਾਂ ਨੂੰ ਕੋਈ ਸ਼ੱਕ ਆ ਵੀ ਤੁਸੀਂ ਸਾਨੂੰ ਦੇਖਦੇ ਨਹੀਂ, ਅਤੇ ਹਰਿਆਣਾ ਦੇ ਸਿੱਖਾਂ 'ਚੋਂ ਕੋਈ ਪ੍ਰਧਾਨ ਬਣਾ ਦਿਓ, ਉਹ ਸੇਵਾ ਕਰੇ, ਨਾਲੇ ਆਪਣੇ ਹਰਿਆਣੇ ਦੀ ਕਰੇ, ਨਾਲੇ ਪੰਜਾਬ ਵੀ ਕਰੇ, ਉਹ ਸਿੱਖ ਨਹੀਂ, ਤੁਰਕ ਨੇ ਉਹ। ਜੇ ਇਹ ਦਾਅਵੇ ਨਾਲ ਕਹਿ ਦਿੰਦਾ ਕਿ ਜਿਹੜਾ ਵੀ ਸਿੱਖ, ਚੰਗਾ ਸਿੱਖ ਹਰਿਆਣੇ ਦਾ ਦਿਓ, ਉਹਨਾਂ ਮੈਂਬਰਾਂ 'ਚੋਂ ਅਸੀਂ ਪ੍ਰਧਾਨ ਬਣਾਉਣ ਨੂੰ ਤਿਆਰ ਹਾਂ, ਕਮੇਟੀ ਨਹੀਂ ਬਣੂਗੀ, ਅਤੇ ਕਿਹੜਾ ਸਿੱਖ ਤਿਆਰ ਹੋ ਜਾਂਦਾ ਲੈਣ ਲਈ, ਅਤੇ ਕੌਣ ਤੋੜ ਦਿੰਦਾ ਕਮੇਟੀ ਨੂੰ? ਇਹਨੇ ਆਪਣੀ ਜਰ ਖਰੀਦ ਬਣਾਈ ਹੋਈ, ਜਾਇਦਾਦ ਬਣਾਈ ਹੋਈ, ਜਿਹਨੂੰ ਇਹਨੇ ਥਾਪੀ ਦਿੱਤੀ, ਉਹ ਹੀ ਪ੍ਰਧਾਨ ਬਣੂ, ਦੂਜਾ ਨਹੀਂ ਬਣੂ। ਅਤੇ ਉਹਨਾਂ ਦੇ ਬੱਚਿਆਂ ਦਾ ਹੱਕ ਮਾਰਿਆ ਜਾ ਰਿਹਾ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਖਤਮ ਹੋ ਰਹੀ ਆ, ਤਕਰੀਬਨ 10 ਤੋਂ 12 ਹਜ਼ਾਰ ਏਕੜ ਜ਼ਮੀਨਾਂ ਹਰਿਆਣੇ 'ਚ ਨੇ ਗੁਰੂ ਘਰਾਂ ਦੀਆਂ, ਜਿਨ੍ਹਾਂ ਦੀ ਕਮਾਈ ਲੈ ਕੇ ਤੁਰਿਆ ਆਉਂਦਾ, ਜ਼ਮੀਨਾਂ ਗੁਰੂ ਘਰ ਦੀਆਂ, ਅਤੇ ਉੱਥੇ ਆਪਣੀਆਂ ਮੇਰੀ ਪੀਰੀ ਅਕੈਡਮੀ ਬਣਾ ਕੇ ਜੇਬਾਂ ਭਰਦਾ ਪਿਆ ਆਪਣੀਆਂ। ਪੰਥਕ ਅਕਾਲੀ ਦਲ ਦਾ ਅਗਲਾ ਪ੍ਰੋਗਰਾਮ, ਪੰਥਕ ਅਕਾਲੀ ਲਹਿਰ ਦਾ ਨਾ, ਹਾਂ ਪੰਥਕ ਅਕਾਲੀ ਲਹਿਰ ਦਾ, ਪਿੰਡ ਪਿੰਡ ਜਾਣਾ, ਲੋਕਾਂ ਨੂੰ ਸੁਚੇਤ ਕਰਨਾ, ਪ੍ਰਭਾਵ ਪਾਉਣਾ ਦੋਵਾਂ ਸਰਕਾਰਾਂ 'ਤੇ ਕਿ ਤੁਸੀਂ ਸਿੱਖਾਂ ਨੂੰ ਸੁੱਤੇ ਨਾ ਸਮਝੋ, ਸਾਡੀ ਜਮਹੂਰੀਅਤ ਬਹਾਲ ਕਰੋ, ਤਾਂ ਕਿ ਅਸੀਂ ਆਪਣੀ ਨਵੀਂ ਲੀਡਰਸ਼ਿਪ ਚੁਣ ਕੇ ਪ੍ਰਬੰਧਕ ਕਮੇਟੀ ਦੀ ਰਾਹੀਂ ਕੌਮ ਦੀ ਸੇਵਾ ਕਰ ਸਕੀਏ। ਸ਼ਹੀਦਾਂ ਦੀ ਮੁਕੱਦਸ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਭਮਾਰਸੀ ਦੇ ਵਿੱਚ ਅੱਜ ਤਕਰੀਬਨ 30-35 ਪਿੰਡਾਂ ਦਾ ਇੱਕ ਨੁਮਾਇੰਦਾ ਇਕੱਠ ਜਿਹੜਾ ਹੈ, ਭਰਮਾ ਇਕੱਠ ਜਿਹੜਾ ਹੋਇਆ, ਤੋ ਜਿਹਦੇ ਵਿੱਚ ਸਾਰੇ ਇਲਾਕੇ ਦੇ ਜਿਹੜੇ ਸਤਿਕਾਰਯੋਗ ਸ਼ਖਸੀਅਤਾਂ ਅਤੇ ਸਾਡੀ ਪੰਥ ਅਕਾਲੀ ਲਹਿਰ ਦੀ ਤਕਰੀਬਨ ਸਾਰੀ ਟੀਮ ਜਿਹੜੀ ਹੈ ਉਹ ਪਹੁੰਚੀ ਹੈ, ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਪੰਥ ਅਕਾਲੀ ਲਹਿਰ ਦਾ ਮਿਸ਼ਨ ਸ਼ੁਰੂ ਹੀ ਇੱਥੋਂ ਹੋਇਆ ਸੀ, ਅਸੀਂ ਕਿਉਂਕਿ ਹੁਣ ਕਾਫੀ ਲੰਮਾ ਸਮਾਂ ਹੋ ਚੁੱਕਿਆ ਸੀਗਾ, ਸੋ ਇਹ ਪ੍ਰੋਗਰਾਮ ਬਣਾਇਆ ਵੀ ਤਕਰੀਬਨ 3 ਕੁ ਮੀਟਿੰਗਾਂ ਜਿਹੜੀਆਂ ਨੇ ਅਸੀਂ ਮਾਰਚ ਦੇ ਐਂਡ ਤੱਕ, ਇੱਕ ਅਮਲੋਹ ਦੇ ਵਿੱਚ ਅਤੇ ਇੱਕ ਜਿਹੜੀ ਹੈ ਬਸੀ ਹਲਕੇ ਦੇ ਵਿੱਚ 3 ਮੀਟਿੰਗਾਂ ਕਰਾਂਗੇ, ਬਾਕੀ ਜਿਹੜੀਆਂ ਨੇ ਜਿਸ ਤਰ੍ਹਾਂ ਪਿੱਛੇ ਜ਼ਿਲ੍ਹਾ ਮੋਹਾਲੀ ਅਤੇ ਪੰਜਾਬ ਲੈਵਲ ਦੀਆਂ ਜਿਹੜੀਆਂ ਨੇ ਸ਼ੁਰੂ ਹੋਣੀਆਂ, ਕਿਉਂਕਿ ਜਿੱਥੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨਾ ਅਤੇ ਉੱਥੇ ਸਰਕਾਰਾਂ ਨੂੰ ਜਿਹੜਾ ਇਹ ਮੈਸੇਜ ਲਾਉਣਾ ਕਿ ਸਿੱਖ ਸੁੱਤੇ ਨਹੀਂ ਹੋਏ, ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਉਹਨੂੰ ਇਹ ਰੋਕਿਆ ਹੋਇਆ ਉਹਦੇ ਸੰਬੰਧ ਦੇ ਵਿੱਚ, ਅਤੇ ਦੂਸਰਾ ਅਸੀਂ ਦੱਸਾਂਗੇ ਸੰਗਤ ਨੂੰ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਇਹ ਤਿਜੋਰੀ ਦੀਆਂ ਚਾਬੀਆਂ ਸੰਭਾਈਆਂ ਸੀ ਉਹ ਅੱਧੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਖੋ ਚੁੱਕੇ ਨੇ, ਉਹ ਦੇ ਚੁੱਕੇ ਨੇ, ਮਤਲਬ ਉਹ ਹਾਰ ਚੁੱਕੇ ਨੇ, ਇਸ ਕਰਕੇ ਅਤੇ ਜਿਹੜੀ ਹੁਣ ਬਾਕੀ ਰਹਿ ਗਈ ਆ ਅਸੀਂ ਉਹਨੂੰ ਬਚਾ ਲਈਏ, ਕਿਉਂਕਿ ਉਹਨਾਂ ਦੇ ਕੋਲ ਹੁਣ ਕੋਈ ਨੈਤਿਕ ਆਧਾਰ ਜਿਹੜਾ ਰਹਿ ਨਹੀਂ ਗਿਆ ਲੋਕਾਂ ਦੇ ਵਿੱਚ ਜਾ ਕੇ ਕਹਿਣ ਦਾ। ਮੈਂ ਇਹ ਵਾਰ ਵਾਰ ਉਹਨਾਂ ਨੂੰ ਇਹ ਪ੍ਰਸ਼ਨ ਕਰਦਾ ਕਿ ਜਦੋਂ ਵੀ ਇਲੈਕਸ਼ਨ ਆਊਗੀ ਕੀ ਕਹੋਗੇ, ਹਰ ਜਦੋਂ ਕੋਈ ਇਲੈਕਸ਼ਨ 'ਚ ਜਾਂਦਾ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਉਹਦੀ ਇੱਕ ਪ੍ਰਾਪਤੀ ਹੁੰਦੀਆਂ ਨੇ, ਤਾਂ ਜਦੋਂ ਇਹ ਬਾਦਲ ਦਲ ਵਾਲੇ ਆਉਣਗੇ ਕਿਹੜੀ ਪ੍ਰਾਪਤੀ ਕਰਕੇ ਕਿ ਅੱਧੀ ਕਮੇਟੀ ਜਿਹੜੀ ਆ ਉਹ ਖੋ ਕੇ ਗਏ, ਇਹ ਤਾਂ ਪ੍ਰਤੱਖ ਹੈ। ਚਲੋ ਜਿਹੜਾ ਬਾਕੀ ਨੁਕਸਾਨ ਸਿਧਾਂਤਕ ਤੌਰ 'ਤੇ ਹੋਇਆ, ਫਾਈਨੈਂਸ਼ਲੀ ਤੌਰ 'ਤੇ ਹੋਇਆ, ਧਾਰਮਿਕ ਤੌਰ 'ਤੇ ਹੋਇਆ, ਉਹ ਤਾਂ ਹੋਇਆ ਹੀ ਹੋਇਆ। ਸੋ ਇਹ 100 ਸਾਲ ਪਹਿਲਾਂ ਜਿਹੜੀ ਸਿੱਖਾਂ ਨੇ ਆਪਣੇ ਲਹੂ ਦੇ ਨਾਲ ਬਣਾਈ ਸੰਸਥਾ ਸੀ, ਉਹ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹਦੀ 1000 ਏਕੜ ਜ਼ਮੀਨ ਅਤੇ 50 ਗੁਰਦੁਆਰੇ, 7 ਵੱਡੇ ਗੁਰਦੁਆਰੇ ਜਿਹੜੇ ਉਹ ਅਸੀਂ ਹਰਿਆਣੇ ਨੂੰ ਦੇ ਚੁੱਕੇ ਹਾਂ।